ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀ ਅਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤਾ ਨਿਰਮਲ ਜੀ ਅਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਵਸਾਈ ਹੋਈ ਨਗਰੀ ਅਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਪਾਵਨ ਧਰਤੀ ਤੇ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਜਿਸ ਧਰਤੀ ਦਾ ਖਾਲਸਾ ਵਾਸੀ ਹੈ, ਉਹ ਮਹਾਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ, ਜਿਸ ਧਰਤੀ ਦੇ ਦਰਸ਼ਨਾਂ ਨੂੰ 33 ਕਰੋੜ ਦੇਵਤੇ ਵੀ ਲੋਚਦੇ ਹੈ, ਜਿਸ ਧਰਤੀ ਦੀ ਪਾਕ ਪਵਿੱਤਰ ਚਰਨ ਛੋਹ ਨੂੰ ਦੇਵਤੇ ਵੀ ਤਰਸਦੇ ਹੈ, ਤਿੰਨਾਂ ਲੋਕਾਂ ਦੇ ਵਿੱਚ ਵਸਣ ਵਾਲੀਆਂ ਮਹਾਨ ਆਤਮਾਵਾਂ ਇਸ ਧਰਤੀ ਨੂੰ ਸਿਜਦਾ ਕਰਦੀਆਂ ਹਨ, ਉਸ ਮਹਾਨ ਧਰਤੀ ਦੇ ਉੱਤੇ ਆਪਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨੰਨ ਪਿਆਰੇ ਗੁਰਸਿੱਖ ਮਹਾਂਪੁਰਖ ਭਾਈ ਨੰਦ ਲਾਲ ਸਿੰਘ ਜੀ ਪਬਲਿਕ ਸਕੂਲ ਦੇ ਅੰਦਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਇੱਕ ਐਸੀ ਮਹਾਨ ਨਿਰਮਲ ਆਤਮਾ ਜਿਨ੍ਹਾਂ ਨੇ ਗੁਰਮਤਿ ਦੀਆਂ ਸਿੱਖਿਆਵਾਂ ਨੂੰ ਗੁਰਮਤਿ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਰੋਮ ਰੋਮ ਕਰਕੇ ਕਮਾਇਆ, ਸਵਾਸ ਸਵਾਸ ਕਰਕੇ ਕਮਾਇਆ ਔਰ ਆਪਣੇ ਜੀਵਨ ਦਾ ਵੱਡਾ ਹਿੱਸਾ
ਸੇਵਾ ਸਿਮਰਨ ਔਰ ਪਰਉਪਕਾਰ ਵਿੱਚ ਲਾ ਕਰਕੇ ਸਫਲਾ ਹੀ ਨਹੀਂ ਕਰਕੇ ਗਏ। ਉਹਨਾਂ ਦਾ ਜੀਵਨ ਸਾਡੇ ਲਈ ਇੱਕ ਚਾਨਣ ਮੁਨਾਰਾ ਬਣ ਗਿਆ। ਸਾਧ ਸੰਗਤ ਜੀ, ਦੁਨੀਆਂ ਦੀ ਚਕਾ ਚੌਂਧ ਵੱਲ ਜਦੋਂ ਅਸੀਂ ਵੇਖਦੇ ਹਾਂ, ਜਿਸ ਵਿਅਕਤੀ ਦਾ ਦੁਨੀਆਂ ਵਿੱਚ ਕੋਈ ਬਹੁਤਾ ਨਾਮ ਹੋਵੇ, ਦੁਨੀਆਂ ਵਿੱਚ ਬਹੁਤ ਵੱਡਾ ਸਤਿਕਾਰ ਹੋਵੇ, ਮਾਇਕੀ ਪਦਾਰਥ ਜਿਸ ਦੇ ਪਾਸ ਬਹੁਲਤਾ ਦੇ ਰੂਪ ਵਿੱਚ ਹੋਣ, ਸਾਡਾ ਝੁਕਾਵ ਉਸ ਪਾਸੇ ਨੂੰ ਤੁਰ ਪੈਂਦਾ ਹੈ। ਪਰ ਸਤਿ ਸੰਗਤ ਜੀ, ਧੰਨ ਮਹਾਂਪੁਰਖ ਬਾਬਾ ਸੰਤਾ ਸਿੰਘ ਜੀ, ਉਹਨਾਂ ਕੋਲੇ ਵੀ ਬਹੁਤ ਵੱਡਾ ਖਜ਼ਾਨਾ ਸੀ। ਵੱਡੇ ਤੋਂ ਵੱਡੇ ਖਜ਼ਾਨੇ ਦੇ ਉਹ ਮਾਲਕ ਸਨ, ਬੜੀਆਂ ਬਰਕਤਾਂ ਦੇ ਮਾਲਕ ਸਨ। ਪਰ ਉਹਨਾਂ ਕੋਲੇ ਕਿਹੜਾ ਖਜ਼ਾਨਾ ਸੀ? ਉਹ ਸੇਵਾ ਔਰ ਸਿਮਰਨ ਦੀ ਦੌਲਤ ਦੇ ਨਾਲ ਭਰਪੂਰ ਮਹਾਂਪੁਰਖ ਸਨ। ਸੇਵਾ ਔਰ ਸਿਮਰਨ ਅਤੇ ਗੁਰਬਾਣੀ ਨਾਮ ਦੀ ਕਮਾਈ ਦੇ ਉਹ ਖਜ਼ਾਨਿਆਂ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇਸ ਪਾਵਨ ਧਰਤੀ ਤੇ ਸੇਵਾ ਵਿੱਚ ਸਿਮਰਨ ਵਿੱਚ ਲਗਾ ਕਰਕੇ ਸਫਲਾ ਕੀਤਾ। ਬਾਬਾ ਜੀ ਦਾ ਜਨਮ ਲਗਭਗ 1925 ਵਿੱਚ, ਪਿਤਾ ਸਰਦਾਰ ਹਰੀ ਸਿੰਘ ਜੀ, ਮਾਤਾ ਧਰਮ ਕੌਰ ਜੀ ਦੀ ਕੁੱਖ ਤੋਂ ਸਰਗੋਧੇ ਦੀ ਧਰਤੀ ਤੇ ਬਾਬਾ ਜੀ ਦਾ ਜਨਮ ਹੋਇਆ। ਔਰ ਸੁਰਤ ਸੰਭਾਲਦਿਆਂ ਬੜੀ ਛੋਟੀ ਉਮਰ ਵਿੱਚ ਬਾਬਾ ਸੰਤਾ ਸਿੰਘ ਜੀ, ਸੰਤ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੀ ਸੰਗਤ ਵਿੱਚ ਆਏ। ਸਤ ਸੰਗਤ ਜੀ, ਵਿਦਵਾਨਾਂ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ, ਪਾਰਸ ਮੈਂ ਔਰ ਸੰਤ ਮੈਂ ਵੱਡੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੈ ਵਹਿ ਕਰ ਹੈ ਆਪ ਸਮਾਨ। ਪਾਰਸ ਦੀ ਇਹ ਖੂਬੀ ਹੈ, ਵਿਸ਼ੇਸ਼ਤਾ ਹੈ ਕਿ ਪਾਰਸ ਨੂੰ ਸੱਤੇ ਧਾਤਾਂ ਵਿੱਚੋਂ ਜਿਹੜੀ ਮਰਜ਼ੀ ਨਾਲ ਲਾ ਦਈਏ ਉਹਨਾਂ ਨੂੰ ਸੋਨਾ ਬਣਾ ਦਿੰਦਾ। ਜਿੱਥੇ ਉਹਦੇ ਵਿੱਚ ਖੂਬੀ ਹੈ ਉੱਥੇ ਉਹਦੇ ਵਿੱਚ ਇੱਕ ਘਾਟ ਵੀ ਹੈ ਕਿ ਅੱਗੇ ਉਹਨਾਂ ਧਾਤਾਂ ਨੂੰ ਆਪਣੇ ਵਰਗੀਆਂ ਨਹੀਂ ਬਣਾ ਸਕਦਾ। ਸੋਨਾ ਜ਼ਰੂਰ ਬਣਾ ਸਕਦਾ ਪਰ ਆਪਣੇ ਵਰਗਾ ਅੱਗੋਂ ਸੋਨਾ ਬਣਾਉਣ ਵਾਲਾ ਗੁਣ ਉਹਨਾਂ ਵਿੱਚ ਨਹੀਂ ਭਰ ਸਕਦਾ। ਪਰ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਆ, ਸੰਤ ਹੁੰਦੇ ਆ, ਗੁਰਸਿੱਖ ਹੁੰਦੇ ਆ, ਉਹਨਾਂ ਦਾ ਐਸਾ ਜੀਵਨ ਹੁੰਦਾ ਉਹ ਪਾਰਸ ਵਰਗੇ ਹੀ ਹੁੰਦੇ। ਭਾਵ ਜਿਵੇਂ ਪਾਰਸ ਅੱਗੇ ਸੱਤਾਂ ਧਾਤਾਂ ਨੂੰ ਸੋਨਾ ਬਣਾਉਂਦਾ ਪਰ ਆਪਣੇ ਵਰਗਾ ਨਹੀਂ ਬਣਾ ਸਕਦਾ, ਸੰਤ ਜਿਹੜੇ ਹੁੰਦੇ ਆ ਉਹਨਾਂ ਦੀ ਇਹ ਖੂਬੀ, ਉਹਨਾਂ ਵਿੱਚ ਇਹ ਗੁਣ ਹੁੰਦਾ, ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਅੱਗੇ ਆਪਣੇ ਨਾਲੋਂ ਵੀ ਵੱਧ ਕੇ ਆਪਣੇ ਵਰਗਾ ਹੀ ਉਹਨਾਂ ਨੂੰ ਰੂਪ ਦੇ ਦਿੰਦੇ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਉਹਨਾਂ ਸਤਪੁਰਸ਼ਾਂ ਨੂੰ ਇਸ ਧਰਤੀ ਤੇ ਲੈ ਕੇ ਆਏ। ਔਰ ਸਾਧ ਸੰਗਤ ਜੀ, ਇਹ ਬਚਨ ਮੈਂ ਉਹਨਾਂ ਦੀ ਰਸਨਾ ਤੋਂ ਸੁਣੇ। ਆਪ
ਮਹਾਂਪੁਰਖ ਬਾਬਾ ਸੰਤਾ ਸਿੰਘ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਮੈਨੂੰ ਬਚਨ ਸੁਣਾਏ। ਕਹਿਣ ਲੱਗੇ, ਮਹਾਂਪੁਰਖ ਕਹਿਣ ਲੱਗੇ, ਭਾਈ ਤੂੰ ਸਾਰੀ ਜ਼ਿੰਦਗੀ ਇਸੇ ਅਸਥਾਨ ਤੇ ਰਹਿ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੌਵੇਂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਔਰ ਕਿਲ੍ਹਾ ਆਨੰਦਗੜ੍ਹ ਸਾਹਿਬ, ਇਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰ ਔਰ ਸੇਵਾ ਕਰਨੀ। ਸਾਧ ਸੰਗਤ ਜੀ, ਇਹ ਕੁੱਲ ਜਿੰਨਾ ਵੀ ਰਕਬਾ 30-32 ਏਕੜ ਦਾ ਰਕਬਾ ਔਰ ਇਹ ਸਾਰੀ ਜਾਇਦਾਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨਾਮ 'ਤੇ ਚੱਲਦੀ ਆਉਂਦੀ ਹੈ ਪੁਰਾਣੇ ਸਮਿਆਂ ਤੋਂ। ਔਰ ਮਹਾਂਪੁਰਖਾਂ ਨੇ ਕਿਹਾ ਕਿ ਭਾਈ ਇਹ ਜ਼ਮੀਨ ਤਖ਼ਤ ਸਾਹਿਬ ਵੱਲੋਂ ਠੇਕੇ 'ਤੇ ਲੈ ਕੇ ਜਿੰਨੀ ਸਬਜ਼ੀ ਆਦਿਕ ਉਗਾਈ ਜਾ ਸਕੇ ਉਨੀ ਸਬਜ਼ੀ ਤੂੰ ਆਪਣੇ ਹੱਥੀਂ ਸਾਰੀ ਪੈਦਾ ਕਰਕੇ ਤਿਆਰ ਕਰਨੀ ਔਰ ਰੋਜ਼ਾਨਾ ਹੀ ਤਖ਼ਤ ਸਾਹਿਬ ਦੇ ਲੰਗਰ ਦੇ ਵਿੱਚ ਇਹ ਸਬਜ਼ੀ ਲੈ ਕੇ ਜਾਣੀ ਔਰ ਹੋਲੇ ਮਹੱਲੇ ਦੇ ਨੇੜੇ ਜਮੀ ਬੀਜਣੀ ਹੈ, ਜਿਹਨੂੰ ਜੌਈ ਵੀ ਕਹਿ ਦਿੰਦੇ ਹੈ। ਔਰ ਜਦੋਂ ਹੋਲੇ ਮਹੱਲੇ ਦਾ ਦਿਹਾੜਾ ਆਉਂਦਾ ਤਾਂ ਨਿਹੰਗ ਸਿੰਘ ਦਲਾਂ ਦੇ ਦਲ ਇੱਥੇ ਹੋਲੇ ਮਹੱਲੇ 'ਤੇ ਆ ਕੇ ਉਤਾਰਾ ਕਰਦੇ ਹੈ। ਦਲਾਂ ਦੇ ਸਿੰਘਾਂ ਦੇ ਘੋੜਿਆਂ ਲਈ ਉਹ ਜਮੀ ਸਾਰੀ ਉਹਨਾਂ ਘੋੜਿਆਂ ਨੂੰ ਖਾਣ ਵਾਸਤੇ ਤੁਸੀਂ ਦਿਆ ਕਰਨੀ। ਔਰ ਇਸ ਦੇ ਨਾਲ ਨਾਲ ਮਹਾਂਪੁਰਖਾਂ ਨੇ ਇਹ ਵੀ ਤਾਕੀਦ ਕੀਤੀ ਕਿ ਜਿੰਨੇ ਵੀ ਇੱਥੇ ਫਲ ਹੋਣ ਉਹ ਵੀ ਤਿਆਰ ਕਰਕੇ ਸੰਭਾਲ ਕਰਕੇ ਤਖ਼ਤ ਸਾਹਿਬ 'ਤੇ ਭੇਜਣੇ ਹੈ ਔਰ ਇਹ ਸੇਵਾ ਤੁਸੀਂ ਤਾ ਜ਼ਿੰਦਗੀ ਕਰਨੀ। ਅੱਜ ਤੋਂ ਬਾਅਦ ਕੋਈ ਹੋਰ ਹੁਰਨਾ ਹੀ ਮਨ ਵਿੱਚ ਨਹੀਂ ਲਿਆਉਣਾ, ਸੇਵਾ ਦੇ ਨਾਲ ਨਾਲ ਸਿਮਰਨ ਭਗਤੀ ਬੰਦਗੀ ਔਰ ਨਾਮ ਜਪਣਾ। ਸਾਧ ਸੰਗਤ ਜੀ, ਬਾਬਾ ਸੰਤਾ ਸਿੰਘ ਜੀ ਨੇ ਜਿਵੇਂ ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਨੇ ਪਹਿਲਾਂ ਦੱਸਿਆ, ਜਿਹੜੀ ਤਖ਼ਤ ਸਾਹਿਬ ਜੀ ਦੀ ਹੁਣ ਤੱਕ ਇਮਾਰਤ ਸੁਭਾਈਮਾਨ ਹੈ ਇਹਦੀ ਸੇਵਾ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਨੇ ਕਰਵਾਈ ਔਰ ਇਹ ਸੇਵਾ ਦੇ ਵਿੱਚ ਜਿੰਨੀਆਂ ਇੱਟਾਂ ਵੱਧ ਤੋਂ ਵੱਧ ਮਹਾਂਪੁਰਖ ਇੱਥੋਂ ਗੱਡੇ 'ਤੇ ਲੱਦ ਕੇ ਲੈ ਕੇ ਜਾਂਦੇ ਆਪਣੇ ਸਿਰ 'ਤੇ, ਮਹਾਂਪੁਰਖਾਂ ਨੇ ਤਖ਼ਤ ਸਾਹਿਬ ਜੀ ਦੀ ਸੇਵਾ ਲਈ ਇੱਟਾਂ ਢੋਈਆਂ, ਚੂਨਾ ਢੋਇਆ ਔਰ ਇਸ ਤੋਂ ਇਲਾਵਾ ਸਾਰਾ ਸਾਰਾ ਦਿਨ ਤਖ਼ਤ ਸਾਹਿਬ ਜੀ ਦੀ ਬਣ ਰਹੀ ਇਮਾਰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਇਮਾਰਤ ਦੀ ਸੇਵਾ ਉਹਨਾਂ ਮਹਾਂਪੁਰਖਾਂ ਨੇ ਆਪਣੇ ਹੱਥੀਂ ਕੀਤੀ। ਬਹੁਤ ਵੱਡੀ ਉਹ ਘਾਲਣਾ ਸੀ ਸਾਧ ਸੰਗਤ ਜੀ, ਇਹ ਸਾਰੀ ਉਹਨਾਂ ਸਤਿਪੁਰਸ਼ਾਂ ਨੇ ਸੇਵਾ ਕੀਤੀ ਔਰ ਇੱਥੋਂ ਤੱਕ ਉਹਨਾਂ ਨੇ ਤਿਆਗ ਰੱਖਿਆ ਕਿ ਜਿਹੜੀ ਵੀ ਸਬਜ਼ੀ ਉਗਾਉਣੀ, ਜਿਹੜੀ ਵੀ ਵਸਤੂ ਤਿਆਰ ਕਰਨੀ ਉਹ ਸਾਰੀ ਤਖ਼ਤ ਸਾਹਿਬ ਦੇ ਲੰਗਰ ਵਿੱਚ ਭੇਟਾ ਕਰਨੀ। ਜੇ ਉੱਥੋਂ ਸੇਵਾਦਾਰਾਂ ਨੇ ਪ੍ਰਸ਼ਾਦ ਵਜੋਂ ਕੋਈ ਫਲ ਦੇ ਦਿੱਤਾ, ਸਬਜ਼ੀ ਦੇ ਦਿੱਤੀ, ਉਹ ਲਿਆ ਕੇ ਆਪਣੇ ਝੌਂਪੜੇ ਦੇ ਵਿੱਚ, ਜਦੋਂ ਤੁਸੀਂ ਇਸ ਸਕੂਲ ਦੇ ਅੰਦਰ ਪ੍ਰਵੇਸ਼ ਕਰਦੇ ਹੋ, ਆਉਂਦਿਆਂ ਨੂੰ ਖੱਬੇ ਹੱਥ ਇੱਕ ਬੜਾ ਹੀ ਸਾਦਾ ਜਿਹਾ ਝੌਂਪੜਾ ਬਣਿਆ ਹੋਇਆ,
ਸਾਰੀ ਜ਼ਿੰਦਗੀ ਉਸ ਝੌਂਪੜੇ ਵਿੱਚ ਉਸ ਛੰਨ ਵਿੱਚ ਹੀ ਉਹਨਾਂ ਨੇ ਗੁਜ਼ਾਰ ਦਿੱਤੀ। ਕਈ ਵਾਰੀ ਮੈਂ ਉਹਨਾਂ ਦੇ ਦਰਸ਼ਨ ਉਸੇ ਝੌਂਪੜੇ ਵਿੱਚ ਕੀਤੇ, ਮੰਜੇ ਦੇ ਉੱਤੇ ਬੈਠੇ ਹੋਣਾ, ਆਲੇ ਦੁਆਲੇ ਸਾਧ ਸੰਗਤ ਜੀ ਬਹੁਤ ਜ਼ਿਆਦਾ, ਕਈ ਵਾਰੀ ਮੱਕੜੀਆਂ ਦੇ ਜਾਲੇ ਵੀ ਲੱਗੇ ਹੋਣੇ, ਔਰ ਅੰਦਰ ਹੀ ਇੱਕ ਛੋਟਾ ਜਿਹਾ ਚੁੱਲ੍ਹਾ ਜਿਹਦੇ ਉੱਤੇ ਉਹਨਾਂ ਨੇ ਥੋੜ੍ਹਾ ਬਹੁਤਾ ਗਰਮ ਜਲ ਆਪਣਾ ਗਰਮ ਕਰਕੇ ਛਕ ਲੈਣਾ। ਬਲਕਿ ਉਹ ਜਿਹੜੀ ਤਖ਼ਤ ਸਾਹਿਬ ਦੇ ਸੇਵਾਦਾਰਾਂ ਵੱਲੋਂ ਕੋਈ ਫਲ ਦੇ ਦਿੱਤਾ, ਸਬਜ਼ੀ ਦੇ ਦਿੱਤੀ ਪ੍ਰਸ਼ਾਦ ਵਜੋਂ, ਉਹੀ ਲਿਆ ਕੇ ਬਣਾ ਕੇ ਉਹਨਾਂ ਨੇ ਛਕ ਲੈਣਾ। ਐਡਾ ਵੱਡਾ ਉਹਨਾਂ ਨੇ ਸਬਰ ਔਰ ਸ਼ੁਕਰ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ, ਸਾਧ ਸੰਗਤ ਜੀ ਜਿੱਡੀ ਵੱਡੀ ਉਹਨਾਂ ਦੀ ਕਰਨੀ ਸੀ ਨਾ, ਕਮਾਈ ਸੀ, ਸੇਵਾ ਸੀ। ਮੈਂ ਮਹਾਂਪੁਰਖ ਸੰਤ ਬਾਬਾ ਬਹਾਲ ਸਿੰਘ ਜੀ, ਸੰਤ ਬਾਬਾ ਜਨਕ ਸਿੰਘ ਜੀ ਦੇ ਦਰਸ਼ਨ ਕੀਤੇ ਹੈ, ਜਿਹੜੇ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸਤਪੁਰਸ਼ਾਂ ਤੋਂ ਵਰੋਸਾਏ ਹੋਏ ਸਨ। ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੀਆਂ ਬੜੀਆਂ ਕਰਨੀਆਂ ਸਨ, ਬੜੀ ਸੇਵਾ ਉਹਨਾਂ ਨੇ ਵੀ ਕਮਾਈ। ਸ਼੍ਰੀਮਾਨ ਸੰਤ ਬਾਬਾ ਬਹਾਲ ਸਿੰਘ ਜੀ ਨੇ ਹਰਖੋਵਾਲ ਸਾਰੀ ਜ਼ਿੰਦਗੀ ਲੰਗਰ ਦੀ ਸੇਵਾ, ਆਸਾ ਜੀ ਦੇ ਵਾਰ ਦੀ ਕੀਰਤਨ ਦੀ ਸੇਵਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਤਿਆਰ ਕਰਕੇ ਹੱਥੀ ਲਿਆਉਣ ਦੀ ਸਾਰੀ ਸੇਵਾ, ਦਿਨ ਰਾਤ ਉਹਨਾਂ ਨੇ ਲੰਗਰ ਦੀ ਸੇਵਾ। ਸ਼੍ਰੀਮਾਨ ਜਥੇਦਾਰ ਸੰਤ ਬਾਬਾ ਜਨਕ ਸਿੰਘ ਜੀ ਨੇ ਖੇਤੀ ਦੀ ਹਲ ਵਾਹ ਵਾਹ ਕੇ ਆਪ ਸਾਰੀ ਸੇਵਾ। ਔਰ ਇਹ ਜਿੰਨੇ ਬੜੇ ਕਰਨੀ ਵਾਲੇ ਮਹਾਂਪੁਰਖ ਸਨ, ਸੰਤ ਬਾਬਾ ਸ਼ਾਦੀ ਸਿੰਘ ਜੀ ਗੁਰਦੁਆਰਾ ਕੋਟ ਪੁਰਾਣ ਟਿੱਬੀ ਸਾਹਿਬ ਰੋਪੜ ਵਾਲੇ, ਇਹ ਸਾਰੇ ਮਹਾਂਪੁਰਖ ਬਾਬਾ ਸੰਤਾ ਸਿੰਘ ਜੀ ਦਾ ਬਹੁਤ ਵੱਡਾ ਸਨਮਾਨ ਕਰਦੇ ਸੀ, ਕਿਹਾ ਕਰਦੇ ਕਿ ਬਾਬਾ ਸੰਤਾ ਸਿੰਘ ਜੀ ਦੀ ਕਰਨੀ ਧੰਨ ਹੈ। ਉਹ ਕਿਹਾ ਕਰਦੇ ਕਿ ਸਾਨੂੰ ਸੰਗਤਾਂ ਜਾਣਦੀਆਂ, ਦੁਨੀਆਂ ਸਾਡਾ ਬੜਾ ਸਤਿਕਾਰ ਕਰਦੀ ਹੈ, ਪਰ ਬਾਬਾ ਸੰਤਾ ਸਿੰਘ ਜੀ ਨੇ ਆਪਣੇ ਜੀਵਨ ਨੂੰ ਇੰਨਾ ਗੁਪਤ ਰੱਖਿਆ ਹੋਇਆ ਕਿ ਉਹਨਾਂ ਦੇ ਦਰਸ਼ਨ ਕਰਨ ਵਾਲਾ ਇਹ ਮਹਿਸੂਸ ਹੀ ਨਹੀਂ ਕਰ ਸਕਦਾ ਕਿ ਕੋਈ ਬਹੁਤ ਵੱਡੀ ਨਿਰਮਲ ਸੰਤ ਆਤਮਾ ਹਨ। ਬਹੁਤ ਹੀ ਸਾਦੀ ਦੀ ਰਹਿਣੀ, ਖੱਦਰ ਦੇ ਫਟੇ ਪੁਰਾਣੇ ਵਸਤਰ ਉਹਨਾਂ ਨੇ ਪਾਏ ਹੋਣੇ, ਔਰ ਵੇਖਣ ਵਾਲੇ ਨੂੰ ਕਦੇ ਅੰਦਾਜ਼ਾ ਵੀ ਨਹੀਂ ਲੱਗਦਾ ਸੀ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਮੇਰੀ ਛਿਪੇ ਰਹਿਣ ਦੀ ਚਾਹ ਛਿਪੇ ਟੁਰ ਜਾਣ ਦੀ। ਆਪਣੇ ਆਪ ਨੂੰ ਛੁਪਾ ਕੇ ਆਪਣੇ ਗੁਣਾਂ ਨੂੰ, ਆਪਣੀ ਕਰਨੀ ਨੂੰ। ਦੁਨੀਆਂ ਦਾ ਅੱਜ ਦਾ ਦਸਤੂਰ ਜਿਹੜਾ ਬੰਦੇ ਦੀ ਕਮਾਈ ਸਾਧ ਸੰਗਤ ਜੀ ਕਿਣਕਾ ਕੁ ਹੁੰਦੀ ਆ, ਉਹ ਬੰਦਾ ਪਹਾੜ ਜਿੰਨੀ ਦੁਨੀਆਂ ਵਿੱਚ ਸ਼ੋਅ ਕਰਦਾ, ਦਿਖਾਵਾ ਕਰਦਾ, ਪਰ ਉਹਨਾਂ ਦੀ ਜਿਹੜੀ ਸੇਵਾ ਸਿਮਰਨ ਦੀ ਕਮਾਈ ਸੀ ਨਾ, ਉਹ ਪਰਬਤ ਵਾਂਗੂ ਸੀ, ਪਰ ਸ਼ੋਅ ਉਹਨਾਂ ਨੇ ਕਿਣਕੇ ਜਿੰਨੀ ਵੀ ਨਹੀਂ ਹੋਣ ਦਿੱਤੀ ਕਦੇ। ਔਰ ਉਹਨਾਂ ਨੇ ਬਚਨ ਸੁਣਾਇਆ, ਕਹਿੰਦੇ ਬਾਬਾ ਸੰਤਾ ਸਿੰਘ ਜੀ ਨੂੰ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਭਾਈ ਤੂੰ ਸਾਰੀ ਜ਼ਿੰਦਗੀ ਇਹ ਸੇਵਾ ਕਰਨੀ। ਕਹਿਣ ਲੱਗੇ ਜੀ, ਜੇ ਕਿਤੇ ਸੇਵਾ ਕਰਦਿਆਂ ਕਰਦਿਆਂ ਪ੍ਰਬੰਧ ਵੱਲੋਂ ਇੱਥੋਂ ਜਾਣ ਵਾਸਤੇ ਕਹਿ ਦਿੱਤਾ ਜਾਏ ਵੀ ਤੂੰ ਸਾਡੀ ਜਗ੍ਹਾ ਵਿੱਚ ਬੈਠਾ, ਤਖ਼ਤ ਸਾਹਿਬ ਦਾ ਪ੍ਰਬੰਧ ਹੈ। ਕਹਿੰਦੇ ਭਾਈ, ਮੈਨੇਜਰ ਸਾਹਿਬ ਦੇ ਪਾਸ ਜਾਣਾ, ਉਹਨਾਂ ਨੂੰ ਪੁੱਛਣਾ ਵੀ ਮੈਨੂੰ ਜਾਣ ਦੀ ਆਗਿਆ ਭਾਈ ਤੁਹਾਡੇ ਵੱਲੋਂ ਆਈ। ਕਹਿੰਦੇ ਜੇ ਉਹ ਕਹਿ ਦੇਣ ਹਾਂ ਤੁਸੀਂ ਇੱਥੋਂ ਚਲੇ ਜਾਓ,
ਫਿਰ ਇੱਕ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕੋਲੇ ਜਾ ਕੇ ਪੁੱਛਣਾ, ਜੇ ਉਹ ਕਹਿ ਦੇਣ ਫਿਰ ਕਸ਼ਹਿਰਾ ਪਰਨਾ ਲੈ ਕੇ ਕਿਸੇ ਹੋਰ ਅਸਥਾਨ ਤੇ ਜਾ ਕੇ ਸੇਵਾ ਕਰ ਲਿਓ, ਨਹੀਂ ਤਾਂ ਸਾਰੀ ਜ਼ਿੰਦਗੀ ਅਖੀਰਲੇ ਸਵਾਸ ਤੱਕ ਇੱਥੇ ਤੁਸੀਂ ਸੇਵਾ ਕਰ। ਤਿਆਗ ਸਾਧ ਸੰਗਤ ਜੀ ਇੰਨਾ ਵੱਡਾ ਸੀ, 1980 ਤੱਕ ਇਸ ਅਸਥਾਨ ਦੀ ਜ਼ਮੀਨ ਦਾ ਇੰਤਕਾਲ ਭਾਵੇਂ ਤਖ਼ਤ ਸਾਹਿਬ ਜੀ ਦੇ ਨਾਮ 'ਤੇ ਸੀ, ਗੋਦਾਵਰੀ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਨਾਂ 'ਤੇ ਚੱਲਦੀ ਸੀ। ਔਰ ਸੰਤ ਬਾਬਾ ਜਨਕ ਸਿੰਘ ਜੀ ਆਏ, ਸੰਤ ਬਾਬਾ ਸੰਤਾ ਸਿੰਘ ਜੀ ਨਾਲ ਸਲਾਹ ਕੀਤੀ, ਪਟਵਾਰੀ ਨੂੰ ਬੁਲਾਇਆ ਔਰ ਦੋਨੋਂ ਸੰਤਾਂ ਨੇ ਲਿਖ ਕੇ ਦਿੱਤਾ ਕਿ ਇਸ ਜ਼ਮੀਨ ਦਾ ਇੰਤਕਾਲ ਜਿਹੜਾ ਹੈ ਨਾਲ ਨਾਲ ਗਿਰਦਾਵਰੀ ਵੀ ਤਖ਼ਤ ਸਾਹਿਬ ਦੇ ਨਾਂ 'ਤੇ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਚਾਹੁੰਦੇ ਹਾਂ ਕਿ ਕੋਈ ਬੰਦਾ ਇੱਥੇ ਆ ਕੇ ਹੋਰ ਕੋਈ ਦਾਅਵਾ ਨਾ ਕਰੇ, ਇਹ ਤਖ਼ਤ ਸਾਹਿਬ ਦੀ ਮਹਾਰਾ ਕਲਗੀਧਰ ਦੀ ਜ਼ਮੀਨ ਹੈ, ਉਸ ਤਖ਼ਤ ਸਾਹਿਬ ਦੇ ਨਾਮ 'ਤੇ ਹੋਣੀ ਚਾਹੀਦੀ ਹੈ। ਐਡਾ ਵੱਡਾ ਤਿਆਗ ਸਾਧ ਸੰਗਤ ਜੀ। ਔਰ ਉਸ ਝੌਂਪੜੇ ਵਿੱਚ ਦੇਖੋ 70 ਸਾਲ ਬੰਦਾ ਆਪਣੇ ਰਹਿਣ ਲਈ, ਉਹਨਾਂ ਦੇ ਇੰਨੇ ਇੰਨੇ ਅਮੀਰ ਸੰਗੀ ਸਨ। ਇੱਥੇ ਮਾਤਾ ਸਤਵੰਤ ਕੌਰ ਜੀ ਦਿੱਲੀ ਵਾਲੇ ਬੈਠੇ ਹੈ, ਜਲੰਧਰ ਤੋਂ ਸਰਦਾਰ ਜੀ ਬੈਠੇ ਹੈ, ਜੇ ਉਹ ਫੁਰਨਾ ਵੀ ਕਰਦੇ ਨਾ, ਕੋਈ ਇੱਛਾ ਵੀ ਕਰਦੇ, ਭਾਵੇਂ ਉਹ ਸੋਨੇ ਦੇ ਮਹਿਲ ਖੜੇ ਕਰ ਸਕਦੇ ਸਨ, ਕੋਈ ਵੱਡਾ ਡੇਰਾ ਬਣਾ ਕੇ ਆਪਣੀ ਸੰਗਤ ਬਣਾ ਕੇ ਆਪਣੀ ਪੂਜਾ ਵੀ ਕਰਾ ਸਕਦੇ ਸਨ, ਪਰ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਦੇ ਦਰ ਦੀ ਪੂਜਾ ਕੀਤੀ, ਸੇਵਾ ਕੀਤੀ, ਆਪਣੀ ਪੂਜਾ ਨਹੀਂ ਉਹਨਾਂ ਨੇ ਕਰਵਾਈ। ਇੰਨੀ ਸਾਦਗੀ ਰੱਖਣੀ ਬੜੀ ਕਠਿਨ ਹੈ ਸਾਧ ਸੰਗਤ ਜੀ। ਬੰਦਾ ਘੱਟ ਤੋਂ ਘੱਟ ਆਪਣੇ ਰਹਿਣ ਲਈ ਕੋਈ ਮਕਾਨ ਬਣਾਉਂਦਾ, ਆਪਣੀ ਜ਼ਿੰਦਗੀ ਦੀਆਂ ਲੋੜਾਂ ਵਾਸਤੇ ਕੋਈ ਨਾ ਕੋਈ ਬੰਦਾ ਤਰੱਦਦ ਕਰਦਾ। ਉਹਨਾਂ ਨੇ ਕਦੇ ਵਸਤਰ ਪਾਉਣ ਤੱਕ ਦੀ ਇੱਛਾ ਨਹੀਂ ਕੀਤੀ ਕਿ ਮੈਨੂੰ ਵਸਤਰ ਵੀ ਕੋਈ ਪਹਿਨਣ ਵਾਸਤੇ ਮਿਲੇਗਾ ਜਾਂ ਦੂਜੇ ਦਿਨ ਦਾ ਪ੍ਰਸ਼ਾਦਾ ਵੀ ਮੈਨੂੰ ਮਿਲੇਗਾ। ਸਾਧ ਸੰਗਤ ਜੀ ਐਸਾ ਉਹਨਾਂ ਨੇ ਬਰਕਤੀ ਵਾਲਾ ਜੀਵਨ, ਅਸਲੀ ਜਿਹਨੂੰ ਦਰਵੇਸ਼ ਕਿਹਾ ਜਾਂਦਾ ਨਾ, ਦਰਵੇਸ਼ਾਂ ਦੀਆਂ 40 ਗਾਥਾਵਾਂ ਪ੍ਰਿੰਸੀਪਲ ਸਰਦਾਰ ਸਤਵੀਰ ਸਿੰਘ ਜੀ ਨੇ ਦਰਵੇਸ਼ੀ ਗਾਖੜੀ ਦੇ ਵਿੱਚ ਲਿਖੀਆਂ। ਪਰ ਮੈਂ ਆਪਣੀ ਜ਼ਿੰਦਗੀ ਵਿੱਚ ਜੇ ਸਿੱਖਾਂ ਵਿੱਚੋਂ ਕੋਈ ਦਰਵੇਸ਼ ਮਹਾਤਮਾ ਦੇ ਦਰਸ਼ਨ ਕੀਤੇ ਹੈ ਨਾ, ਮੈਂ ਸੰਤ ਬਾਬਾ ਸੰਤਾ ਸਿੰਘ ਜੀ ਦੇ ਦਰਸ਼ਨ ਕੀਤੇ। ਐਸਾ ਦਰਵੇਸ਼ ਸਾਧੂ, ਐਸਾ ਮਹਾਨ ਮਹਾਂਪੁਰਖ 70 ਸਾਲ ਇੱਕੋ ਹੀ ਝੌਂਪੜੇ ਵਿੱਚ ਰਹਿ ਕੇ, ਫਿਰ ਕੋਈ ਮੇਰ ਨਹੀਂ ਕਿ ਮੇਰੀ ਇੱਥੇ ਕੋਈ ਮੇਰ ਹੈ, ਪੰਛੀਆਂ ਦੀ ਵੀ ਮੇਰ ਹੁੰਦੀ ਹੈ, ਜਿਹੜੇ ਬਿਰਛ ਤੇ ਉਹਨਾਂ ਦੇ ਆਲਣੇ ਪਏ ਹੁੰਦੇ ਹੈ ਕੁਝ ਸਮੇਂ ਲਈ ਉਹ ਮੇਰ ਰੱਖਦੇ ਹੈ, ਪਰ ਬਾਬਾ ਸੰਤਾ ਸਿੰਘ ਜੀ ਦੀ ਇਹੋ ਜਿਹੀ ਮੇਰ ਵੀ ਨਹੀਂ ਸੀ ਕਿ ਮੈਂ ਇਸ ਝੌਂਪੜੇ ਵਿੱਚ ਰਹਿਣਾ ਤੇ ਮੈਂ ਇੱਥੇ ਪੱਕਾ ਹੀ ਰਹਾਂਗਾ। ਇੰਨਾ ਤਿਆਗ ਕਰਨਾ ਬੜਾ ਕਠਿਨ ਹੈ ਸਾਧ ਸੰਗਤ ਜੀ, ਐਡਾ ਵੱਡਾ ਤਿਆਗ, ਐਡਾ ਵੱਡਾ ਵਿਰਾਗ ਔਰ ਐਡੀ ਵੱਡੀ ਸੇਵਾ ਔਰ ਸਿਮਰਨ ਦੀ ਕਮਾਈ। ਔਰ ਫਿਰ ਉਹਨਾਂ ਨੂੰ ਸਾਡੇ ਗੁਰ ਇਤਿਹਾਸ ਵਿੱਚ, ਸਿੱਖ ਇਤਿਹਾਸ ਵਿੱਚ ਸਾਡੇ ਵਿਦਵਾਨਾਂ ਨੇ ਬੜੀਆਂ ਘਾਲਣਾ ਘਾਲ ਘਾਲ ਕੇ ਗੁਰੂ ਸਾਹਿਬਾਨਾਂ ਦੇ ਕੌਤਕ, ਗੁਰੂ ਸਾਹਿਬਾਨਾਂ ਦੇ ਇਤਿਹਾਸ ਨਾਲ ਸੰਬੰਧਿਤ ਸਾਰੇ ਇਤਿਹਾਸਕ ਤੱਥ ਦਰਜ ਕੀਤੇ ਹੈ। ਪਰ ਬਾਬਾ ਸੰਤਾ ਸਿੰਘ ਜੀ
ਇੱਕ ਇਤਿਹਾਸ ਦੇ ਐਸੇ ਸਰੋਤ ਸਨ ਜਿਨ੍ਹਾਂ ਕੋਲੇ ਦਸਮ ਪਾਤਸ਼ਾਹ ਜੀ ਦੇ ਸਮੇਂ ਦੇ ਕੁਝ ਐਸੇ ਮੌਖਿਕ ਰੂਪ ਦੇ ਵਿੱਚ ਉਹਨਾਂ ਦੇ ਪਾਸ ਪ੍ਰਸੰਗ ਸਨ, ਘਟਨਾਵਾਂ ਸਨ ਜਿਹੜੀਆਂ ਸਾਨੂੰ ਕਿਸੇ ਇਤਿਹਾਸ ਦੇ ਗ੍ਰੰਥਾਂ ਵਿੱਚੋਂ ਲੱਭ ਹੀ ਨਹੀਂ ਸਕਦੀ। ਬਹੁਤ ਵੱਡੀਆਂ ਵੱਡੀਆਂ ਗੰਭੀਰ ਉਹਨਾਂ ਕੋਲੇ ਇਤਿਹਾਸਕ ਤੱਥਾਂ ਦੀ ਇਸ ਇਲਾਕੇ ਵਿੱਚ ਲੰਮਾ ਸਮਾਂ ਰਹਿਣ ਕਰਕੇ ਗੁਰੂ ਕਾਲ ਤੋਂ ਅੱਗੇ ਪੁਰਾਣੇ ਬਜ਼ੁਰਗਾਂ ਤੋਂ ਸੁਣ ਸੁਣ ਕੇ ਉਹਨਾਂ ਨੂੰ ਕੰਠਸਥ ਸਨ, ਯਾਦ ਸਨ ਕਿ ਮੈਂ ਸਮਝਦਾ ਕਿ ਸਾਨੂੰ ਇੱਕ ਬਹੁਤ ਵੱਡਾ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਅਕਾਲ ਚਲਾਣੇ ਨਾਲ ਘਾਟਾ ਪਿਆ ਕਿ ਉਹਨਾਂ ਦੇ ਕੋਲੇ ਜਿਹੜੀਆਂ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਬਾਅਦ ਵਿੱਚ ਪੁਰਾਤਨ ਸ਼ਹੀਦ ਸਿੰਘਾਂ ਦੀਆਂ ਗੁਰਸਿੱਖਾਂ ਦੀਆਂ ਐਸੀਆਂ ਘਟਨਾਵਾਂ ਸਨ ਜਿਨ੍ਹਾਂ ਨੂੰ ਅਸੀਂ ਲਿਖਤੀ ਰੂਪ ਨਹੀਂ ਦੇ ਸਕੇ ਔਰ ਬੜੇ ਡੂੰਘੇ ਤੱਤ ਸਨ ਔਰ ਇਤਿਹਾਸਕ ਪੱਖ ਤੋਂ ਬੜੇ ਖਰੇ ਸਨ ਕਿ ਜਿਹੜੀਆਂ ਉਹਨਾਂ ਨੇ ਗੁਰੂ ਕਾਲ ਦੀਆਂ ਔਰ ਸਿੱਖਾਂ ਦੇ ਸਮੇਂ ਦੀਆਂ ਘਟਨਾਵਾਂ ਸੁਣ ਸੁਣ ਕੇ ਇਸ ਇਲਾਕੇ ਵਿੱਚੋਂ ਗੁਰੂ ਕਾਲ ਦੀਆਂ ਚੇਤੇ ਰੱਖੀਆਂ ਹੋਈਆਂ ਸਨ। ਮੈਨੂੰ ਰਾਗੀ ਭਾਈ ਪ੍ਰੇਮ ਸਿੰਘ ਜੀ ਦਾ ਉਹਨਾਂ ਨੇ ਜਿਨ੍ਹਾਂ ਦੇ ਨਾਮ ਤੇ ਰਾਗੀ ਬਾਗ ਵੱਜਦਾ, ਜਿਵੇਂ ਸ਼ਹੀਦੀ ਬਾਗ ਹੈ, ਰਾਗੀ ਬਾਗ ਹੈ, ਵੱਖ ਵੱਖ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਬਾਗਾਂ ਦੇ ਨਾਮ ਹਨ। ਇਹ ਜਗ੍ਹਾ ਜਿਹੜੀ ਹੈ ਰਾਗੀ ਬਾਗ ਦੇ ਨਾਲ ਨਾਲ ਮਸ਼ਹੂਰ ਹੈ। ਉਹਨਾਂ ਨੇ ਰਾਗੀ ਭਾਈ ਪ੍ਰੇਮ ਸਿੰਘ ਜੀ ਦੀ ਘਟਨਾ ਮੈਨੂੰ ਆਪ ਆਪਣੀ ਰਸਨਾ ਤੋਂ ਸੁਣਾਈ। ਉਹ ਮੈਂ ਦਮਦਮੀ ਟਕਸਾਲ ਵੱਲੋਂ ਜਿਹੜਾ ਸ੍ਰੀ ਰਾਗ ਤੇ ਮਾਝ ਰਾਗ ਦਾ ਸਟੀਕ ਦੂਜੀ ਪੋਥੀ ਲਿਖੀ ਗਈ ਹੈ, ਛਪਾਈ ਗਈ ਹੈ, ਉਹਦੇ ਵਿੱਚੋਂ ਦਰਜ ਕੀਤੀ ਹੈ ਤਾਂ ਕਿ ਉਹ ਬਚੀ ਰਹਿ ਜਾਏ। ਰਾਗੀ ਭਾਈ ਪ੍ਰੇਮ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਔਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਔਰ ਅਸੀਸਗੰਜ ਸਾਹਿਬ ਤਿੰਨੇ ਸਥਾਨਾਂ 'ਤੇ ਰੋਜ਼ ਕੀਰਤਨ ਦੀ ਹਾਜ਼ਰੀ ਭਰਦੇ ਸੀ। ਔਰ ਕਿਹੜਾ ਕਾਲ ਸੀ ਮਹਾਰਾਜਾ ਰਣਜੀਤ ਸਿੰਘ ਦਾ? ਉਹ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਰੋਪੜ ਅੰਗਰੇਜ਼ਾਂ ਦੇ ਨਾਲ ਕੋਈ ਮੁਲਾਕਾਤ ਦੇ ਵਕਤ ਆਏ, ਉਹਨਾਂ ਪਾਸ ਇਹ ਗੱਲ ਪਹੁੰਚੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇੱਕ ਐਸੇ ਰਾਗੀ ਹੈ ਪੰਥ ਦੇ ਜਿਹੜੇ ਰਾਗਾਂ ਦੇ ਸਰੂਪ ਨੂੰ ਪ੍ਰਤੱਖ ਮੂਰਤੀ ਮਾਨ ਕਰ ਦਿੰਦੇ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਅਹਿਲਕਾਰ ਇੱਥੇ ਭੇਜੇ ਔਰ ਉਹਨਾਂ ਪਾਸ ਇਹ ਸਿਫਾਰਿਸ਼ ਕੀਤੀ ਕਿ ਰਾਗੀ ਭਾਈ ਪ੍ਰੇਮ ਸਿੰਘ ਜੀ ਨੂੰ ਕਹੋ ਕਿ ਖਾਲਸਾ ਦਰਬਾਰ ਵਿੱਚ ਲਾਹੌਰ ਆ ਕੇ ਇੱਕ ਦਿਨ ਕੀਰਤਨ ਦੀ ਹਾਜ਼ਰੀ ਭਰਨ। ਅਹਿਲਕਾਰ ਆਏ, ਅਹਿਲਕਾਰਾਂ ਨੇ ਬੇਨਤੀ ਕੀਤੀ। ਰਾਗੀ ਭਾਈ ਪ੍ਰੇਮ ਸਿੰਘ ਜੀ ਹੱਸ ਕੇ ਕਹਿਣ ਲੱਗੇ, ਮਹਾਰਾਜਾ ਰਣਜੀਤ ਸਿੰਘ ਜੀ ਬੜੀ ਸਤਿਕਾਰਯੋਗ ਹਸਤੀ ਹੈ, ਗੁਰੂ ਘਰ ਦੇ ਅਨੰਨ ਸੇਵਕ ਹੈ, ਪਰ ਮੈਂ ਰਾਜਿਆਂ ਦੇ ਦਰਬਾਰਾਂ ਦਾ ਰਾਗੀ ਨਹੀਂ ਕਿ ਮੈਂ ਰਾਜ ਦਰਬਾਰਾਂ ਵਿੱਚ ਜਾ ਕੇ ਕੀਰਤਨ ਕਰਾਂਗਾ। ਮੈਂ ਤਾਂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਰਾਜਾਨ ਰਾਜ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਦਾ ਅਦਨਾ ਕੀਰਤਨੀਆਂ, ਨਿਮਾਣਾ ਕੀਰਤਨੀਆਂ। ਮੈਂ ਇਸ ਦਰ ਨੂੰ ਛੱਡ ਕੇ ਰਾਜ ਦਰਬਾਰਾਂ ਵਿੱਚ ਜਾ ਕੇ ਮਾਇਆ ਦੇ ਲਾਲਚ ਵਾਸਤੇ ਕੋਈ ਕੀਰਤਨ ਕਰਨ ਵਾਲਾ ਸਿੱਖ ਨਹੀਂ। ਜੇ ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਤਾਂ ਆਪ ਆ ਕੇ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਕੀਰਤਨ ਸੁਣ ਲੈਣ। ਸਾਖੀ ਬੜੀ ਲੰਮੀ ਹੈ, ਮੈਂ ਸੰਖੇਪ ਵਿੱਚ ਹੀ ਜ਼ਿਕਰ ਕਰਨਾ। ਮਹਾਰਾਜਾ ਰਣਜੀਤ ਸਿੰਘ ਜੀ ਆਏ, ਉਹਨਾਂ ਨੇ ਰਾਗੀ ਭਾਈ ਪ੍ਰੇਮ ਸਿੰਘ ਜੀ ਦੇ ਦਰਸ਼ਨ ਕੀਤੇ। ਕਹਿਣ ਲੱਗੇ, ਰਾਗੀ ਜੀ ਸਾਨੂੰ ਬਸੰਤ ਰਾਗ ਸੁਣਾਓ। ਔਰ ਬਸੰਤ ਰਾਗ ਦਾ ਪ੍ਰਤੱਖ ਅਸੀਂ ਜਲਵਾ ਵੀ ਵੇਖਣਾ ਤਾਂ ਕਿਲ੍ਹਾ ਆਨੰਦਗੜ੍ਹ ਸਾਹਿਬ। ਰਾਗੀ ਭਾਈ ਪ੍ਰੇਮ ਸਿੰਘ ਜੀ ਨੇ ਕਿਹਾ,
ਕਿ ਸਫੇਦ ਰੰਗ ਦੀ ਚਾਨਣੀ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਸਫੇਦ ਰੰਗ ਦੇ ਉੱਤੇ ਰੁਮਾਲੇ ਦਿਓ, ਸਫੇਦ ਰੰਗ ਦੀ ਵਿਛਾਈ ਕਰੋ ਔਰ ਸਫੇਦ ਹੀ ਪੁਸ਼ਾਕੇ ਪਹਿਨ ਕੇ ਸਾਰੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਓ। ਸਾਰੀ ਤਿਆਰੀ ਹੋ ਗਈ ਜਦੋਂ ਰਾਗੀ ਭਾਈ ਪ੍ਰੇਮ ਸਿੰਘ ਜੀ ਨੇ ਕਿਲ੍ਹਾ ਆਨੰਦਗੜ੍ਹ ਜਾ ਕੇ ਸਾਧ ਸਿੰਘ ਜੀ ਬਸੰਤ ਰਾਗ ਦਾ ਕੀਰਤਨ ਸੁਣਾਇਆ ਨਾ, ਐਸਾ ਗੁਰੂ ਕੀ ਬਾਣੀ ਦਾ ਕ੍ਰਿਸ਼ਮਾ ਔਰ ਬਸੰਤ ਰਾਗ ਉਹਨਾਂ ਦੇ ਪ੍ਰਤੱਖ ਮੂਰਤੀਮਾਨ ਕਰਕੇ ਵਿਖਾਇਆ, ਸਮੇਤ ਮਹਾਰਾਜਾ ਰਣਜੀਤ ਸਿੰਘ ਦੇ ਸਾਰੀ ਸੰਗਤ ਦੇ ਵਸਤਰਾਂ ਦਾ ਰੰਗ ਸਰੋਂ ਦੇ ਫੁੱਲ ਵਰਗਾ ਪੀਲਾ ਹੀ ਪੀਲਾ ਹੋ ਗਿਆ, ਚੰਦੋਏ ਦਾ ਵੀ ਰੁਮਾਲਿਆਂ ਦਾ। ਬਸੰਤ ਰਾਗ ਆ ਥੋੜੇ ਮਾਘ ਦੀ ਸੰਗਰਾਂਦ ਤੋਂ ਬਸੰਤ ਰਾਗ ਸ਼ੁਰੂ ਹੁੰਦਾ ਔਰ ਸਾਧ ਸੰਗਤ ਜੀ ਇਹ ਕ੍ਰਿਸ਼ਮਾ ਐਸਾ ਉਹਨਾਂ ਨੇ ਵਿਖਾਇਆ। ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਜੀ ਮੇਘ ਰਾਗ ਸੁਣਾਓ। ਕਹਿੰਦੇ ਗੁਰੂ ਘਰ ਦੇ ਵਿੱਚ ਗਾਇਨ ਨਹੀਂ ਕੀਤਾ ਜਾਂਦਾ ਪਰ ਜੇ ਤੁਹਾਡੀ ਇੱਛਾ ਸੁਣਾ ਦਿੰਦੇ। ਕਹਿੰਦੇ ਅਸੀਂ ਇਹਦਾ ਕ੍ਰਿਸ਼ਮਾ ਵੀ ਵੇਖਣਾ। ਕਹਿੰਦੇ ਬੱਤੀਆਂ ਵੱਟ ਕੇ ਦੀਵਿਆਂ ਵਿੱਚ ਘਿਓ ਪਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਰੱਖ ਦਿਓ। ਜਦੋਂ ਰੱਖੇ ਮੇਘ ਰਾਗ ਦੀਪਕ ਰਾਗ ਗਾਇਆ ਵਾਹਿਗੁਰੂ, ਪਹਿਲਾਂ ਦੀਪਕ ਰਾਗ ਗਾਇਆ। ਦੀਪਕ ਰਾਗ ਦਾ ਗਾਇਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਕੀਤਾ ਜਾਂਦਾ। ਜਦੋਂ ਉਹਨਾਂ ਨੇ ਦੀਪਕ ਰਾਗ ਗਾਇਆ ਸਾਧ ਸੰਗਤ ਜੀ, ਦੀਵੇ ਆਪਣੇ ਆਪ ਜਗ ਪਏ ਔਰ ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਜੀ ਤਪਸ਼ ਬੜੀ ਹੋ ਰਹੀ ਹੈ, ਮੇਘ ਰਾਗ ਗਾਓ। ਮੇਘ ਰਾਗ ਗਾਇਆ ਸਾਧ ਸੰਗਤ ਜੀ, ਅਸਮਾਨ ਵਿੱਚ ਕਾਲੀਆਂ ਘਟਾਂ ਆਈਆਂ ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੋਹਲੇ ਧਾਰ ਮੀਂਹ ਵਰਖਣ ਲੱਗ ਪਿਆ। ਐਸੇ ਐਸੇ ਮਹਾਨ ਕੀਰਤਨੀ ਇਸ ਧਰਤੀ ਜਿਨ੍ਹਾਂ ਦੇ ਨਾਮ ਤੇ ਇਹ ਸਥਾਨ ਹੈ ਰਾਗੀ ਬਾ ਅੰਦਰ। ਪ੍ਰਧਾਨ ਸਾਹਿਬ ਜਥੇਦਾਰ ਸਰਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਨੇ ਉਹਨਾਂ ਦੀ ਯਾਦ ਵਿੱਚ ਇਸੇ ਇਮਾਰਤ ਦੇ ਵਿੱਚ, ਅਗਲੀ ਇਮਾਰਤ ਵਿੱਚ ਉਹਨਾਂ ਦੇ ਸੰਸਕਾਰ ਵਾਲੇ ਸਥਾਨ ਤੇ ਨਿਸ਼ਾਨ ਸਾਹਿਬ ਲਵਾਇਆ ਸੀ ਰਾਗੀ ਭਾਈ ਪ੍ਰੇਮ ਸਿੰਘ ਜੀ ਦੀ ਯਾਦ। ਉਹ ਲਵਾਇਆ ਵੀ ਕਿਵੇਂ, ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਪ੍ਰਧਾਨ ਸਾਹਿਬ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਸੰਤ ਬਾਬਾ ਸੰਤਾ ਸਿੰਘ ਜੀ ਦੇ। ਪ੍ਰਧਾਨ ਸਾਹਿਬ ਨੂੰ ਬੜੀ ਕਦਰ ਸੀ ਗੁਰਮੁਖ ਕਰਨੀ ਵਾਲੇ ਸਾਧੂਆਂ ਦੀ, ਗੁਣੀਆਂ ਦੀ, ਵਿਦਵਾਨਾਂ ਦੀ, ਸਤਪੁਰਸ਼ਾਂ ਦੀ। ਉਹ ਬਾਬਾ ਪ੍ਰੇਮ ਸਿੰਘ ਜੀ, ਬਾਬਾ ਸੰਤਾ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਕਹਿੰਦੇ ਪ੍ਰਧਾਨ ਸਾਹਿਬ ਨੇ ਕਈ ਵਾਰੀ ਕਹਿਣਾ ਵੀ ਅਸਲੀ ਸੰਤ ਤਾਂ ਇਹ ਹੈ ਜਿਹਦੇ ਦਰਸ਼ਨ ਕਰਕੇ ਮਨ ਖਿੜ ਜਾਂਦਾ। ਬਾਬਾ ਸੰਤਾ ਸਿੰਘ ਜੀ ਨੂੰ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਨੇ ਬੇਨਤੀ ਕੀਤੀ ਬਾਬਾ ਜੀ ਕੋਈ ਸੇਵਾ, ਤਾਂ ਪ੍ਰਧਾਨ ਸਾਹਿਬ ਨੂੰ ਬਾਬਾ ਜੀ ਨੇ ਕਿਹਾ ਪ੍ਰਧਾਨ ਸਾਹਿਬ ਜੀ ਰਾਗੀ ਭਾਈ ਪ੍ਰੇਮ ਸਿੰਘ ਜੀ ਦੀ ਕੋਈ ਯਾਦਗਾਰ ਨਿਸ਼ਾਨ ਸਾਹਿਬ ਦੇ ਰੂਪ ਦੇ ਵਿੱਚ ਇੱਥੇ ਸੰਭਾਲੀ ਜਾਏ ਤਾਂ ਚੰਗਾ। ਪ੍ਰਧਾਨ ਸਾਹਿਬ ਨੇ ਉਦੋਂ ਹੀ ਮੈਨੇਜਰ ਸਾਹਿਬ ਨੂੰ ਤੁਰੰਤ ਆਗਿਆ ਕੀਤੀ ਔਰ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਉਹ ਯਾਦਗਾਰ ਰਾਗੀ ਭਾਈ ਪ੍ਰੇਮ ਸਿੰਘ ਜੀ ਦੀ ਸਥਾਪਨਾ ਹੋਈ। ਸੋ ਕਹਿਣ ਤੋਂ ਭਾਵ ਬਾਬਾ ਸੰਤਾ ਸਿੰਘ ਜੀ ਕੋਲੇ ਐਸੀਆਂ ਅਮੋਲਕ ਇਤਿਹਾਸਕ ਇਹ ਘਟਨਾਵਾਂ ਦਾ ਖਜ਼ਾਨਾ ਸੀ ਜਿਹੜਾ ਉਹ ਆਪਣੀ ਰਸਨਾ ਤੋਂ ਕਦੇ ਕਦੇ ਸੁਣਾਇਆ ਕਰਦੇ। ਉਹ ਇੱਕ ਸਾਡੇ ਇਤਿਹਾਸ ਦਾ ਮੌਖਿਕ ਰੂਪ ਦੇ ਵਿੱਚ ਬੜਾ ਵੱਡਾ ਸਰੋਤ ਸਨ। ਸੇਵਾ ਔਰ ਸਿਮਰਨ ਦੀ ਉਹ ਆਤਮਾ ਸਨ, ਪਰ ਸਭ ਤੋਂ ਵੱਡਾ ਜਿਹੜਾ ਉਹਨਾਂ ਵਿੱਚ ਅਸੀਂ ਵਿਸ਼ੇਸ਼ ਗੁਣ ਦੇਖਿਆ, ਫਰੀਦਾ ਸਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ ਹੁਣ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦੀ।
ਉਹਨਾਂ ਨੇ ਸਾਰੀ ਜ਼ਿੰਦਗੀ ਭਜਨ ਸੇਵਾ ਔਰ ਇੱਕੋ ਹੀ ਝੌਂਪੜੇ ਵਿੱਚ ਸਾਧ ਸੰਗਤ ਜੀ, ਉਹ ਝੌਂਪੜਾ ਵਰਖਾ ਵਿੱਚ ਮੀਂਹ ਵਿੱਚ ਚੋਣ ਲੱਗ ਪੈਣਾ, ਜ਼ਿਆਦੇ ਹਨੇਰੀ ਆ ਜਾਣੀ ਤਾਂ ਅੰਦਰ ਹਵਾ ਬੜੀ ਜ਼ੋਰ ਦੀ ਜਾ ਕੇ ਲੱਗਣ ਲੱਗ ਜਾਣੀ, ਪਰ ਉਹਦੇ ਵਿੱਚ ਹੀ ਸਬਰ ਸਿਦਕ ਦੇ ਨਾਲ ਆਪਣਾ ਤਾ ਜ਼ਿੰਦਗੀ ਸਾਰਾ ਜੀਵਨ ਗੁਜ਼ਾਰਿਆ ਔਰ ਸੀਸ ਤੇ ਟੋਕਰੀ ਢੋਈ ਤਖਤ ਸਾਹਿਬ ਜੀ ਦੀ ਸੇਵਾ ਸਾਰੀ ਜ਼ਿੰਦਗੀ ਟੋਕਰੀ ਢੋਈ ਉਹਨਾਂ ਨੇ ਗੁਰੂ ਘਰ ਦੀ। ਸੋ ਸਾਧ ਸੰਗਤ ਜੀ, ਐਸੀ ਮਹਾਨ ਆਤਮਾ ਜਿਸ ਦਿਨ ਉਹਨਾਂ ਦਾ ਸੰਸਕਾਰ ਸੀ ਉਸ ਦਿਨ ਸਾਡੀ ਵਿਚਾਰ ਹੋਈ ਸੀ, ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ ਜੋ ਸਾਡੇ ਇਸ ਹਲਕੇ ਤੋਂ ਮੈਂਬਰ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਵੀ ਸੰਸਕਾਰ ਤੇ ਹੋਰ ਵੀ ਪੰਥਕ ਹਸਤੀਆਂ ਆਈਆਂ ਸਨ, ਸਿੰਘ ਸਾਹਿਬਾਨ ਵੀ ਆਏ ਸਨ। ਮੈਂ ਬੇਨਤੀ ਕੀਤੀ ਸੀ ਗਿਆਨੀ ਹਰਦੀਪ ਸਿੰਘ ਜੀ ਨੇ ਵੀ ਕਿ ਬਾਬਾ ਜੀ ਦੀ ਯਾਦ ਆਪਾਂ ਨੂੰ ਉਹਨਾਂ ਨੇ ਜਿੱਥੇ 70 ਸਾਲ ਸੇਵਾ ਕੀਤੀ ਉੱਥੇ ਮਨਾਉਣੀ, ਵੀ ਉੱਥੇ ਵੀ ਉਹਨਾਂ ਦੀ ਯਾਦ ਤਾਜ਼ਾ ਕਰਨੀ ਚਾਹੀਦੀ। ਸੋ ਸਾਧ ਸੰਗਤ ਜੀ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਉਚੇਚੇ ਤੌਰ 'ਤੇ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਮੈਨੇਜਰ ਸਾਹਿਬ, ਇਹ ਸਾਰੇ ਸਕੂਲ ਦੇ ਬੱਚੇ ਜਿੰਨੇ ਵੀ ਵਿਦਿਆਰਥੀ, ਪ੍ਰਿੰਸੀਪਲ ਸਾਹਿਬਾਨ, ਟੀਚਰ ਸਾਹਿਬਾਨ, ਸਭ ਦਾ ਤੁਹਾਡਾ ਰੋਮ ਰੋਮ ਕਰਕੇ ਧੰਨਵਾਦ ਕਰਦਾ, ਜਿਹੜਾ ਤੁਸੀਂ ਐਸੇ ਮਹਾਂਪੁਰਖ ਦੀ ਯਾਦ ਉਹਨਾਂ ਦੇ ਸਥਾਨ 'ਤੇ ਅੱਜ ਤਾਜ਼ੀ ਕਰ ਰਹੇ ਹੋ। ਔਰ ਇਹ ਸਾਰਾ ਸਮਾਗਮ PTC ਸਿਮਰਨ ਉੱਤੇ ਹੋਰ ਚੈਨਲਾਂ ਉੱਤੇ ਲਾਈਵ ਕੀਤਾ ਜਾ ਰਿਹਾ। ਇਹ ਬਹੁਤ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਧ ਸੰਗਤ ਜੀ ਉਪਰਾਲਾ ਕੀਤਾ। ਮੈਂ ਇੱਕ ਗੁਜ਼ਾਰਿਸ਼ ਕਰਾਂਗਾ, ਸਿੰਘ ਸਾਹਿਬ ਜੀ ਵੀ ਬੈਠੇ ਆ, ਸਰਦਾਰ ਜਿੰਦਰ ਸਿੰਘ ਜੀ ਮਹਿਤਾ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਘੱਟੋ ਘੱਟ 20 ਸਾਲ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੀ ਸੀਨੀਅਰ ਅਹੁਦਿਆਂ 'ਤੇ ਰਹੇ ਆ, ਅੱਜ ਵੀ ਸੇਵਾ ਕਰ ਰਹੇ ਆ। ਸੰਤ ਬਾਬਾ ਹਰਜਿੰਦਰ ਸਿੰਘ ਜੀ ਬੈਠੇ ਆ, ਹਰਖੋਵਾਲ ਸੰਪਰਦਾਇ ਦੇ ਮਹਾਂਪੁਰਖ ਬੈਠੇ ਆ, ਬਾਬਾ ਜਰਨੈਲ ਸਿੰਘ ਜੀ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਵਾਲੇ ਬੈਠੇ ਆ। ਮੈਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਗੁਜ਼ਾਰਿਸ਼ ਕਰਾਂਗਾ, ਉਹਨਾਂ ਮਹਾਂਪੁਰਖਾਂ ਨੂੰ ਇੱਛਾ ਨਹੀਂ ਸੀ, ਕੋਈ ਫੁਰਨਾ ਵੀ ਨਹੀਂ ਸੀ ਉਹਨਾਂ ਦਾ, ਪਰ ਸਾਨੂੰ ਉਹਨਾਂ ਸਤਿਪੁਰਸ਼ਾਂ ਦੀ ਕੋਈ ਯਾਦ ਇੱਥੇ ਜ਼ਰੂਰ ਤਾਜ਼ਾ ਰੱਖਣੀ ਚਾਹੀਦੀ। ਇੱਕ ਤਾਂ ਉਹਨਾਂ ਦਾ ਉਹ ਝੌਂਪੜਾ ਜਿਹੜਾ, ਜੇ ਉਹਨੂੰ ਉਵੇਂ ਜਿਵੇਂ ਰੱਖਿਆ ਜਾ ਸਕੇ, ਘੱਟੋ ਘੱਟ ਸਾਡੇ ਵਰਗਿਆਂ ਲਈ ਉਹ ਪ੍ਰੇਰਨਾ ਸਰੋਤ ਰਹੇਗਾ ਕਿ ਭਾਈ ਸੇਵਾ ਸਿਮਰਨ ਕਰਦੇ ਹਾਂ ਪਰ ਉਪਕਾਰ ਕਰਦੇ ਹਾਂ ਸੰਸਾਰ ਵਿੱਚ, ਇਸ ਦੁਨੀਆਂ ਨੂੰ ਇੱਕ ਪ੍ਰਾਹੁਣਾ ਬਣ ਕੇ ਪ੍ਰਾਹੁਣੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਜਾਂਦਾ, ਕੋਈ ਮੇਰ ਹੀ ਨਾ ਰੱਖਣੀ ਕਿਸੇ ਦੀ ਮੇਰ ਤੇ, ਇਹਨਾਂ ਦੋਨਾਂ ਨੂੰ ਉਹਨਾਂ ਨੇ ਆਪਣੇ ਜੀਵਨ ਵਿੱਚ ਨੇੜੇ ਨਹੀਂ ਆਉਣ ਦਿੱਤਾ ਅਤੇ ਉਹਨਾਂ ਦੀ ਯਾਦ ਸੰਭਾਲੀ ਜਾਏ। ਅਤੇ ਇਸ ਕਰਕੇ ਜਾਂ ਉਹਨਾਂ ਦੀ ਇੱਥੇ ਇਸ ਅਦਾਰੇ ਵਿੱਚ ਕੋਈ ਨਾ ਕੋਈ ਯਾਦਗਾਰ ਕਾਇਮ ਰੱਖੀ ਜਾਏ। ਇੱਥੇ ਆ ਹੁਣੇ ਬਲਾਕ ਬਣਿਆ ਸਲੂਕ ਸਕੂਲ ਦੇ ਅੰਦਰ, ਅਸੀਂ ਬੇਨਤੀ ਕਰਾਂਗੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਨੂੰ ਵੀ, ਚਾਵਲਾ ਸਾਹਿਬ ਨੂੰ ਵੀ, ਮਹਿਤਾ ਸਾਹਿਬ ਨੂੰ ਵੀ, ਸਾਰੇ ਮਹਾਂਪੁਰਖਾਂ ਨੂੰ ਕਿ ਇਸ ਬਲਾਕ ਦਾ ਨਾਂ ਹੀ ਉਹਨਾਂ ਦੀ ਯਾਦ ਵਜੋਂ ਰੱਖਿਆ ਜਾਏ ਤਾਂ ਕਿ ਉਹਨਾਂ ਦਾ ਇੱਕ ਜੀਵਨ, ਕਿਉਂਕਿ ਬੱਚਿਓ ਤੁਸੀਂ ਉਸ ਅਦਾਰੇ ਵਿੱਚ ਪੜ੍ਹ ਰਹੇ ਹੋ ਜਿਸ ਅਦਾਰੇ ਦਾ ਨਾਮ ਭਾਈ ਨੰਦ ਲਾਲ ਸਾਹਿਬ ਜੀ ਦੇ ਨਾਮ 'ਤੇ, ਜਿਹੜੇ ਗੁਰੂ ਦੇ ਪਿਆਰ ਵਿੱਚ ਸਾਰੀ ਜ਼ਿੰਦਗੀ ਭਿੱਜੇ ਰਹੇ, ਜਿਨ੍ਹਾਂ ਨੇ ਅੱਠੇ ਪੈਰ ਗੁਰੂ ਕਾ ਲੰਗਰ ਇਸ ਧਰਤੀ 'ਤੇ ਚਲਾਇਆ,
ਫਿਰ ਬਾਬਾ ਸੰਤਾ ਸਿੰਘ ਜੀ ਦੇ ਤੁਸੀਂ ਦਰਸ਼ਨ ਕੀਤੇ, ਬੱਚੇ ਬਹੁਤ ਉਹਨਾਂ ਨਾਲ ਪਿਆਰ ਕਰਦੇ ਸਨ, ਜੋ ਕੁਛ ਉਹਨਾਂ ਕੋਲੇ ਹੋਣਾ ਮਿਸਰੀ ਪਤਾਸ਼ੇ ਬਦਾਮ ਕਿਸੇ ਨੇ ਦੇ ਜਾਣੇ ਉਹ ਬੱਚਿਆਂ ਨੂੰ ਵੰਡ ਦੇਣੇ, ਉਹਨਾਂ ਨੂੰ ਬੱਚਿਆਂ ਨੇ ਬੜੀ ਉਹਨਾਂ ਦੀ ਸੇਵਾ, ਇਹ ਸਟਾਫ ਨੇ ਬਹੁਤ ਉਹਨਾਂ ਦਾ ਸਤਿਕਾਰ ਕੀਤਾ। ਮੈਂ ਉਸ ਸਟਾਫ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਜਿਹੜੇ ਉਹਨਾਂ ਦੀ ਸੇਵਾ ਕਰਦੇ ਰਹੇ। ਤੁਸੀਂ ਦਰਸ਼ਨ ਕੀਤੇ ਹੋ, ਤੁਸੀਂ ਭਾਗਾਂ ਵਾਲੇ ਜੀਵ ਹੋ, ਇਸ ਕਰਕੇ ਇਹਨਾਂ ਬੱਚਿਆਂ ਨੂੰ ਇੱਕ ਪ੍ਰੇਰਨਾ ਮਿਲਦੀ ਰਹੇਗੀ ਕਿ ਜ਼ਿੰਦਗੀ ਸੇਵਾ ਸਿਮਰ ਨਾਲ ਹੀ ਮਨੁੱਖਾ ਜੀਵਨ ਸਫਲ ਹੋਣਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਮਨੁੱਖਾ ਦੇ ਤਾਂ ਹੀ ਸਫਲ ਹੋਣੀ ਹੈ ਜੇ ਸੇਵਾ ਸਿਮਰਨ ਪਰਉਪਕਾਰ। ਵਿਦਿਆ ਪੜ੍ਹਨੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਪੜ੍ਹਨੀ ਪਰਉਪਕਾਰ ਵਾਸਤੇ। ਪਰਉਪਕਾਰ ਵੀ ਬਾਬਾ ਸੰਤਾ ਸਿੰਘ ਜੀ ਜੈਸਾ ਨਿਰਮਾਣ ਜੀਵਨ ਕਿ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਯਾਦ ਤੋਂ ਸਾਨੂੰ ਇੱਕ ਬੱਚਿਆਂ ਨੂੰ ਹਮੇਸ਼ਾ ਇੱਕ ਪ੍ਰੇਰਨਾ ਮਿਲਦੀ ਰਹੇ ਕਿ ਕਿਹੋ ਜਿਹੇ ਉਹ ਸਾਡੇ ਵਿੱਚ ਮਹਾਂਪੁਰਖ ਹੋ ਗੁਜਰੇ। ਸੋ ਸਾਧ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜਿੰਨੀ ਵੀ ਤੁਸੀਂ ਸਾਰੀ ਸੰਗਤ ਆਏ ਹੋ, ਸਕੂਲ ਦੇ ਵਿਦਿਆਰਥੀ ਬੈਠੇ ਹੈ, ਪ੍ਰਿੰਸੀਪਲ ਸਾਹਿਬ, ਟੀਚਰ ਸਾਹਿਬਾਨ, ਮਹਾਂਪੁਰਖ ਔਰ ਮਾਤਾ ਸਤਵੰਤ ਕੌਰ ਜੀ ਦਿੱਲੀ ਵਾਲੇ, ਇਸ ਪਰਿਵਾਰ ਨੇ ਬਹੁਤ ਸੇਵਾ ਅਤੇ ਬੜੀਆਂ ਖੁਸ਼ੀਆਂ ਲਈਆਂ। ਸੰਤ ਬਾਬਾ ਖੁਸ਼ਹਾਲ ਸਿੰਘ ਜੀ ਜੋ ਮਹਾਂਪੁਰਖ ਸੰਤ ਬਾਬਾ ਸ਼ਾਦੀ ਸਿੰਘ ਜੀ ਤੋਂ ਉਪਰੰਤ ਸੇਵਾ ਕਰ ਰਹੇ ਹੈ, ਉਹਨਾਂ ਮਹਾਂਪੁਰਖਾਂ ਨੇ ਵੀ ਬੜੀ ਉਹਨਾਂ ਮਹਾਂਪੁਰਖਾਂ ਦੀ ਸੇਵਾ ਸੰਭਾਲ ਕੀਤੀ। ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪ੍ਰਸਿੱਧ ਵਿਦਵਾਨ ਹੈ, ਇਹਨਾਂ ਨੇ ਬਹੁਤ ਰਾਤ ਦਿਨ ਉਹਨਾਂ ਦੀ ਸੰਗਤ ਵੀ ਕੀਤੀ ਔਰ ਉਹਨਾਂ ਦੀ ਸੇਵਾ ਵਿੱਚ ਬੜਾ ਧਿਆਨ ਰੱਖਿਆ। ਗਿਆਨੀ ਜੀ ਨੇ ਬਹੁਤ ਸੰਗਤ ਉਹਨਾਂ ਦੀ ਕੀਤੀ ਹੈ। ਸੋ ਇਹਨਾਂ ਦਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ। ਸਨਮਾਨਯੋਗ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹੁੰਚੇ ਹੈ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਜੀ ਪਹੁੰਚੇ ਹੈ, ਸੰਤ ਬਾਬਾ ਹਰਜਿੰਦਰ ਸਿੰਘ ਜੀ ਨਾਨਕਸਰ ਕਲੇਰਾਂ ਸੰਪਰਦਾਇ ਵੱਲੋਂ ਚੇਚੇ ਤੌਰ 'ਤੇ ਪਹੁੰਚੇ ਹੈ, ਭਾਈ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਪਹੁੰਚੇ ਹੈ, ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਬਹੁਤ ਵੱਡਾ ਇਸ ਸਮਾਗਮ ਲਈ ਯੋਗਦਾਨ ਹੈ, ਬਾਬਾ ਜਰਨੈਲ ਸਿੰਘ ਜੀ, ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਹਰਖੋਵਾਲ ਸੰਪਰਦਾਇ, ਇਹਨਾਂ ਨੇ ਵੀ ਉਹਨਾਂ ਦੀ ਰੱਜ ਰੱਜ ਕੇ ਸੇਵਾ ਔਰ ਸੰਗਤ ਕੀਤੀ ਹੈ। ਉਹਨਾਂ ਦੀ ਹਾਜ਼ਰੀ ਵਿੱਚ ਇੱਥੇ ਹੋਲੇ ਮਹੱਲੇ 'ਤੇ ਵੱਡਾ ਲੰਗਰ ਇਹਨਾਂ ਵੱਲੋਂ ਹੀ ਇੱਥੇ ਲਾਇਆ ਜਾਂਦਾ, ਸੋ ਉਹ ਵੀ ਚੇਚੇ ਤੌਰ 'ਤੇ ਆਏ ਹੈ। ਸਰਦਾਰ ਹਰਦੇਵ ਸਿੰਘ ਜੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦੇ ਸਪੁੱਤਰ ਸਰਦਾਰ ਹਰਦੇਵ ਸਿੰਘ ਜੀ ਜਲੰਧਰ ਤੋਂ ਮਹਾਂਪੁਰਖਾਂ ਦੇ ਸੇਵਕ, ਉਹ ਵੀ ਪਹੁੰਚੇ ਹੈ। ਜਿੰਨਾ ਵੀ ਸਾਧ ਸੰਗਤ ਜੀ ਔਰ ਜੋ ਪੀ ਟੀ ਸੀ ਸਿਮਰਨ ਚੈਨਲ ਜਿਹੜਾ ਸਾਰਾ ਇਸ ਸਮਾਗਮ ਨੂੰ ਲਾਈਵ ਕਰ ਰਿਹਾ, ਹੁਣੇ ਹੁਣੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਔਰ ਪ੍ਰਿੰਸੀਪਲ ਸਰਦਾਰ ਸੁਰਿੰਦਰ ਸਿੰਘ ਜੀ, ਉਹ ਵੀ ਪਹੁੰਚੇ ਹੈ। ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਫਿਰ ਮੈਂ ਚਾਵਲਾ ਸਾਹਿਬ ਨੂੰ ਔਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ, ਦੋਨੋਂ ਮੈਂਬਰਾਂ ਨੂੰ ਬੇਨਤੀ ਕਰਾਂਗਾ ਵੀ ਤੁਹਾਡਾ ਇਹ ਹਲਕਾ ਵੀ ਹੈ, ਤੁਸੀਂ ਉਹਨਾਂ ਦੇ ਦਰਸ਼ਨ ਵੀ ਕੀਤੇ ਆ, ਉਹਨਾਂ ਨੇ ਸੇਵਾ ਵੀ ਕੀਤੀ ਹੈ, ਅਤੇ ਤੁਸੀਂ ਦੋਨੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਉਹਨਾਂ ਮਹਾਂਪੁਰਖਾਂ ਦੀ ਯਾਦ ਜ਼ਰੂਰ ਇਸ ਬਲਾਕ ਦਾ ਨਾਮ ਉਹਨਾਂ ਦੇ ਨਾਮ ਨੂੰ ਸਮਰਪਿਤ ਕੀਤਾ ਜਾਏ। ਪ੍ਰਿੰਸੀਪਲ ਸਾਹਿਬ ਆਓ,
ਅਸਲੀ ਮਹਿਨਿਆਂ ਵਿੱਚ ਉਹ ਸੰਤ ਸਨ, ਬਾਬਾ ਸੰਤਾ ਸਿੰਘ ਜੀ, ਜਿਹਨੂੰ ਜੇ ਆਪਾਂ ਕਿਸੇ ਨੂੰ ਸੰਤ ਕਹਿ ਸਕਦੇ ਹਾਂ ਨਾ, ਤਾਂ ਸਾਧ ਸੰਗਤ ਜੀ ਉਹ ਸਨ ਬਾਬਾ ਸੰਤਾ ਸਿੰਘ ਜੀ। ਕਿਉਂ ਪ੍ਰਿੰਸੀਪਲ ਸਾਹਿਬ ਠੀਕ ਹੈ, ਉਹ ਅਸਲੀ ਸੰਤ ਸਨ ਬਾਬਾ ਸੰਤਾ ਸਿੰਘ ਜੀ। ਇਹਨਾਂ ਨੇ ਉਸ ਸੰਤ ਦੀ ਸੰਗਤ ਕੀਤੀ ਹੈ, ਉਸ ਮਹਾਂਪੁਰਖ ਦੀ ਜਿਹਨੂੰ ਸੰਤ ਕਹਿ ਸਕਦੇ ਹਾਂ ਆਪਾਂ। ਸੋ ਸਾਧ ਸੰਗਤ ਜੀ, ਮੈਂ ਪ੍ਰਿੰਸੀਪਲ ਸਾਹਿਬ ਸੰਸਕਾਰ 'ਤੇ ਵੀ ਆਏ, ਪ੍ਰਿੰਸੀਪਲ ਸਰਦਾਰ ਸੁਰਿੰਦਰ ਸਿੰਘ ਜੀ ਨੂੰ, ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਬਲਾਕ ਦਾ ਨਾਮ ਜ਼ਰੂਰ ਰੱਖਣ ਲਈ ਤੁਸੀਂ ਉਪਰਾਲਾ ਕਰੋ, ਮੇਰੇ ਵੱਲੋਂ ਬੇਨਤੀ ਹੈ। ਬਾਕੀ ਉਹਨਾਂ ਦੀ ਯਾਦਗਾਰ ਜਿਹੜਾ ਝੌਂਪੜਾ ਜੇ ਤੁਹਾਡਾ ਫੁਰਨਾ ਹੋਏ ਤਾਂ ਉਹ ਵੀ ਤੁਸੀਂ ਸੰਭਾਲ ਲਓ ਤਾਂ ਬਹੁਤ ਚੰਗੀ ਗੱਲ ਹੈ। ਸੋ ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ, ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਦਾ, ਵਿਦਵਾਨਾਂ ਦਾ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀ ਹੈ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਕਿਉਂਕਿ ਆਪਣਾ ਸਮਾਗਮ 11:30 ਤਖ਼ਤ ਸਾਹਿਬ 'ਤੇ ਰੱਖਿਆ ਹੋਇਆ, ਉੱਥੇ ਵੀ ਸਭ ਨੇ ਹਾਜ਼ਰੀ ਭਰਨੀ ਹੈ। ਸੋ ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀ। ਹਾਂਜੀ ਅੱਛਾ, ਇਸੇ ਸਕੂਲ ਇੱਥੇ ਰੱਖਿਆ ਹੋਇਆ, ਉਹਦੇ ਵਿੱਚ ਵੀ ਆਪਾਂ 11:30 ਤੋਂ ਹਾਜ਼ਰੀ ਭਰਨੀ ਹੈ। ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ ਬਹੁਤ ਵੱਡਾ ਉਪਰਾਲਾ ਕੀਤਾ ਗਿਆ। ਸੋ ਦਾਸ ਦੀ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।